ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ, ਨਾਲ ਹੀ ਦਬਾਓ ਘੰਟੀ ਦਾ ਬਟਨ। ਘੰਟੀ ਦਬਾਉਂਦੇ ਹੀ ਤੁਹਾਨੂੰ ਮਿਲਣਗੀਆਂ ਸਾਡੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ। ਇਹ ਤਸਵੀਰਾਂ ਨੇ ਪੰਜਾਬ ਦੇ ਫਿਰੋਜ਼ਪੁਰ ਦੀਆਂ। ਸੋਸ਼ਲ ਮੀਡੀਆ ਨੇ ਵਧਾ ਦਿੱਤਾ ਫਿਰੋਜ਼ਪੁਰ ਚ ਕਲੇਸ਼। ਭਾਰਤ ਬੰਦ ਦੀ ਕਾਲ ਦੇ ਦੌਰਾਨ ਅੱਜ ਭਾਰੀ ਸੰਖਿਆ ਚ ਇੱਕ ਵਰਗ ਦੇ ਲੋਕ ਫਿਰੋਜ਼ਪੁਰ ਚ ਜਮ੍ਹਾਂ ਹੋਏ ਸਨ। ਭੜਕੇ ਲੋਕਾਂ ਦੇ ਹੱਥ ਚ ਹਥਿਆਰ ਵੀ ਸੀ। ਅਚਾਨਕ ਮੌਕੇ ਦੇ ਉੱਤੇ ਕੁਝ ਅਜਿਹਾ ਹੋਇਆ ਕਿ ਦੋ ਪੱਖ ਆਮਨੇ ਸਾਹਮਣੇ ਹੋ ਗਏ। ਫਿਰ ਕੀ ਸੀ, ਹਥਿਆਰ ਚੱਲੇ ਤੇ ਨਾਲ ਹੀ ਚੱਲੇ ਇੱਟਾਂ ਰੋੜੇ। ਮੌਕੇ ਤੇ ਭੱਜਦੜ ਵੀ ਮਚੀ ਤੇ ਕਈ ਲੋਕ ਘਾਇਲ ਵੀ ਹੋਏ। ਇਸ ਘਟਨਾ ਦਾ ਜ਼ਿੰਮੇਵਾਰ ਮੌਕੇ ਤੇ ਕੌਣ ਸੀ ਇਹ ਤਾਂ ਨਹੀਂ ਕਹਿ ਸਕਦੇ, ਪਰ ਇੱਕ ਗੱਲ ਸਾਫ਼ ਹੈ, ਸੋਸ਼ਲ ਮੀਡੀਆ ਨੇ ਇਸ ਮਾਮਲੇ ਦੇ ਵਿੱਚ ਇੱਕ ਵੱਡੀ ਭੂਮਿਕਾ ਨਿਭਾਈ, ਕਿਉਂਕਿ ਪੰਜਾਬ ਬੰਦ ਦਾ ਐਲਾਨ ਸੋਸ਼ਲ ਮੀਡੀਆ ਤੇ ਕੀਤਾ ਗਿਆ ਸੀ। ਹੁਣ ਇਸ ਘਟਨਾ ਦਾ ਅਸਲੀ ਜ਼ਿੰਮੇਵਾਰ ਕੌਣ ਹੈ ਇਹ ਤਾਂ ਤਫਤੀਸ਼ ਤੋਂ ਬਾਅਦ ਹੀ ਪਤਾ ਚੱਲੇਗਾ, ਪਰ ਇਸ ਘਟਨਾ ਨੇ ਫਿਰੋਜ਼ਪੁਰ ਦਾ ਮਾਹੌਲ ਖਰਾਬ ਕਰਤਾ ਹੈ। ਅਸੀਂ ਅਪੀਲ ਕਰਦੇ ਹਾਂ ਲੋਕਾਂ ਨੂੰ ਇਸ ਮੌਕੇ ਤੇ ਸ਼ਾਂਤੀ ਬਣਾਈ ਰੱਖਣ, ਕਿਉਂਕਿ ਭਾਈਚਾਰੇ 'ਚ ਫਰਕ ਪਿਆ ਤਾਂ ਇਸ ਦਾ ਅਸਰ ਸਾਡੇ 'ਤੇ ਹੀ ਪੈਣਾ ਹੈ। ਬਿਊਰੋ ਰਿਪੋਰਟ, ਫਿਰੋਜ਼ਪੁਰ। ਆਹ ਦੇਖੋ ਜੀ, ਫਿਰੋਜ਼ਪੁਰ ਸ਼ਹਿਰ 'ਚ ਨਜ਼ਾਰਾ। ਫਿਰੋਜ਼ਪੁਰ ਸ਼ਹਿਰ 'ਚ ਬੰਦ ਕਰਾਇਆ ਜਾ ਰਿਹਾ ਅੱਜ। ਸਾਰੇ ਬਾਹਰ ਖੜ੍ਹੇ ਆ ਜੀ ਫਿਰੋਜ਼ਪੁਰ ਸ਼ਹਿਰ ਦੇ। ਆਹ ਭਾਜੀ ਨੇ ਦੁਕਾਨ ਖੋਲ੍ਹੀ ਜੀ, ਬੰਦ ਕਰਾਈ ਜਾ ਰਹੀ ਹੈ। ਸ਼ਰੇਆਮ ਗੁੰਡਾਗਰਦੀ ਇਹ ਹੈ ਜੀ, ਫਿਰੋਜ਼ਪੁਰ ਸ਼ਹਿਰ ਨੂੰ ਬੰਦ ਕਰਾਇਆ ਜਾ ਰਿਹਾ ਵਾ। ਅੱਜ ਦੇਖੋ ਸਾਰੇ ਔਰ ਰੌਲਾ ਪਾ ਰਹੇ, ਦੇਖੋ ਟੋਟੀਆਂ ਗੰਡਾਸੇ ਗਗਨਵੀਰ ਦਿਖਾ ਰਹੇ ਹੁਣ। ਆਹ ਫਿਰੋਜ਼ਪੁਰ ਸ਼ਹਿਰ ਕਹਿ ਜੀ,